ਹਾਂਜੀ ਭਾਈ ਜੀ ਦਿਓ ਜਾਣਕਾਰੀ ਹੈ ਜਿਹੜੇ ਐਸ ਜੀ ਪੀ ਸੀ ਇਲੈਕਸ਼ਨ ਡਿਕਲੇਅਰ ਹੋਏ ਆ ਵੋਟਾਂ ਦਾ, ਕਿੰਨੀਆਂ ਵੋਟਾਂ ਤੁਸੀਂ ਜਿੱਤੇ ਅਤੇ ਕਿਹਨੂੰ ਹਰਾਇਆ? ਮੈਂ ਗੁਰਵੀਰ ਸਿੰਘ ਸਖਤਪੁਰਾ, ਹਲਕਾ ਨਿਹਾਸੇ ਵਾਲਾ 25, ਜ਼ਿਲ੍ਹਾ ਮੋਗਾ ਤੋਂ 5,349 ਵੋਟਾਂ ਦੇ ਫਰਕ ਨਾਲ ਮਾਨ ਦਲ ਦੇ ਕੈਂਡੀਡੇਟ ਨੂੰ ਹਰਾਇਆ। ਔਰ ਮੈਂ ਤੀਸਰੀ ਵਾਰ ਜੋ ਹੈਗੀ ਇਲੈਕਸ਼ਨ ਜਿੱਤੀ ਹੈ। ਜਿਹੜੀ 11ਵੀਂ ਇਲੈਕਸ਼ਨ ਸੀ ਐਸ ਜੀ ਪੀ ਸੀ ਦੀ, ਉਹਦੇ ਵਿੱਚ ਵੀ 5,550 ਵੋਟਾਂ ਦੀ ਲੀਡ ਸੀ। ਔਰ ਫਿਰ ਮੈਂ ਦੂਸਰੀ ਦਫਾ 2004 ਦੇ ਵਿੱਚ 3600 ਦੀ ਲੀਡ ਸੀ। ਔਰ ਤੀਸਰੀ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਔਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਹੋਰਾਂ ਨੇ ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਉਪ ਮੁੱਖ ਮੰਤਰੀ ਨੇ, ਉਹਨਾਂ ਦੀ ਪਾਲਕੂ ਅੱਖ ਨੇ ਮੈਨੂੰ ਇਹ ਤੀਸਰੀ ਦਫਾ ਸੇਵਾ ਦਿੱਤੀ ਹੈ। ਔਰ ਮੈਂ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਜਿਹੜੇ ਕਿ ਵੋਟਰ ਸਨ, ਸਪੋਰਟਰ ਸਨ, ਉਹਨਾਂ ਦਾ ਮੈਂ ਕੋਟੀ-ਕੋਟ ਧੰਨਵਾਦ ਕਰਦਾ ਹਾਂ। ਸਾਡਾ ਸਭ ਤੋਂ ਜਿਹੜਾ ਅਸਲੀ ਮੋਟਿਵ ਹੈ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਸਕੂਲ ਨੇ, ਕਾਲਜ ਨੇ, ਉਹਨਾਂ ਤੋਂ ਉਪਰੰਤ ਅਸੀਂ ਆਪਦੇ ਇਲਾਕੇ ਦੇ ਵਿੱਚ ਹੋਰ ਅਸੀਂ ਧਾਰਮਿਕ ਸਕੂਲ ਖੋਲ੍ਹੀਏ ਤਾਂ ਕਿ ਸਾਡੇ ਜਿਹੜੇ ਬੱਚੇ ਆ, ਆਉਣ ਵਾਲੀ ਸਾਡੀ ਨਸਲ ਹੈ, ਉਹ ਸਿੱਖੀ ਸਰੂਪ ਦੇ ਵਿੱਚ ਹੋ ਕੇ ਇਸ ਸਿੱਖੀ ਨੂੰ ਅੱਗੇ ਵਧਾਵੇ ਔਰ ਗੁਰਧਾਮਿਆਂ ਦੀ ਸੇਵਾ ਸੰਭਾਲ ਔਰ ਪ੍ਰਚਾਰ ਔਰ ਪ੍ਰਸਾਰ ਜੋ ਹੈ, ਜੋ ਸਾਡਾ ਐਕਚੁਲੀ ਮੁੱਖ ਮੰਤਵ ਹੈ, ਉਹ ਅਸੀਂ ਕਰਨਾ ਹੈ। ਬਸ ਅਸੀਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਬਹੁਤ ਵਧੀਆ ਫਤਵਾ ਦਿੱਤਾ। ਸੰਗਤ ਦਾ ਜਿਹੜਾ ਫਤਵਾ ਸਭ ਤੋਂ ਉੱਚੇ ਆ, ਬਹੁਤ ਵਧੀਆ ਸੰਗਤ ਨੇ ਫਤਵਾ ਦਿੱਤਾ। ਅੱਜ ਦਾ ਜਿਹੜਾ ਸਰਟੀਫਿਕੇਟ ਜੀ ਸਾਨੂੰ ਜਿਹੜਾ ਹੈਗਾ ਮਿਲ ਗਿਆ ਹੈਗਾ, ਅਤੇ ਅਸੀਂ ਸਾਰੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ। ਠੀਕ ਹੈ, ਸਾਰਿਆਂ ਨੇ ਆਪਦਾ ਵਧੀਆ ਰੋਲ ਨਿਭਾਇਆ ਅਤੇ ਬਹੁਤ ਹੀ ਵਧੀਆ ਜਿਹੜਾ ਹੈਗਾ ਆਪਣਾ ਅਸੀਂ ਲੋਕਾਂ ਦਾ ਹੁਣ ਸੰਗਤ ਦਾ ਧੰਨਵਾਦ ਪਿੰਡਾਂ 'ਚ ਵੀ ਕਰ ਰਹੇ ਹਾਂ। ਤੁਹਾਡੇ ਤੇ ਇੱਕ ਵਿਰੋਧੀਆਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਸੀ ਵੀ ਤੁਸੀਂ ਇੰਨਾ ਲੰਮਾ ਸਮਾਂ ਐਸ ਜੀ ਪੀ ਸੀ ਦੀ ਨੁਮਾਇੰਦਗੀ ਕੀਤੀ ਪਰ ਹਲਕੇ ਦੇ ਵਿੱਚ ਕਰਾਇਆ ਕੁਛ ਨਹੀਂ। ਦੇਖੋ ਜੀ, ਅਸੀਂ ਤਾਂ ਗੁਰਦੁਆਰਿਆਂ ਨੂੰ ਦੇਖੋ, ਜਿੱਥੇ ਵੀ ਕਿਤੇ ਸਾਨੂੰ ਹੁਕਮ ਲੱਗਦਾ ਸੀਗਾ ਉੱਥੇ ਅਸੀਂ ਪਹੁੰਚਦੇ ਸੀਗੇ। ਜਿੱਥੇ ਕੋਈ ਗੁਰਦੁਆਰਿਆਂ ਨੂੰ ਕੋਈ ਸਹਾਇਤਾ ਦੀ ਲੋੜ ਸੀ, ਅਸੀਂ ਉੱਥੇ ਜਾ ਕੇ ਬੇਨਤੀ ਵੀ ਕਰਦੇ ਸੀ, ਉਹ ਵੀ ਕੀਤਾ। ਇੱਕ ਦਿਨ ਪਿੱਛੇ ਜੇ ਕੋਈ ਭਾਣਾ ਵਰਤ ਗਿਆ, ਜਿੱਥੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਅਗਨ ਭੇਟ ਹੋ ਗਏ ਸੀਗੇ ਜਨੇਰ ਪਿੰਡ, ਮੈਨੂੰ ਜਦੋਂ ਸਟ੍ਰੈਸ ਟਾਈਮ 'ਤੇ ਮੈਨੂੰ ਫੋਨ ਲੱਗਾ, ਮੈਂ 20 ਮਿੰਟ ਦੇ ਵਿੱਚ ਉੱਠ ਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਦਾ ਪੂਰੀ ਆਪਦੀ ਡਿਊਟੀ ਨਿਭਾਈ ਹੈ। ਕਿਸੇ ਟਾਈਮ 'ਤੇ ਵੀ ਕੋਈ ਇਹੋ ਜਿਹਾ ਹੁੰਦਾ ਜੋ ਗੁਰੂ ਘਰ ਦੀ ਰੱਖਿਆ ਲਈ, ਹਰ ਵਕਤ ਮੈਂ ਤਤਪਰ ਰਿਹਾ, ਮੈਂ ਆਪਦੇ ਤੋਂ ਕੋਈ ਕਮੀ ਪੇਸ਼ੀ ਨਹੀਂ ਛੱਡੀ। ਪਰ ਬਾਕੀ ਮੈਂ ਪੁੱਛਦਾ, ਬਾਕੀ ਹਲਕਿਆਂ ਨੂੰ ਕੋਈ ਚੀਜ਼ ਘੱਟ ਨਹੀਂ ਕੀਤੀ, ਜਿੰਨੇ ਹੋਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ, ਪਰ ਇਹ ਮੈਂ ਕਹਿੰਦਾ ਵੀ ਇਹਨਾਂ ਦੀ ਸੇਵਾ ਕੀ ਹੈਗੀ ਹੈ, ਦੱਸੋ ਜਿਹੜੇ ਅੱਜ ਕਹਿੰਦੇ ਹੈਗੇ। ਦੇਖੋ ਜੀ, ਅਸੀਂ ਗੁਰੂ ਘਰ ਦੇ ਨਾਲ ਜੋੜਨ ਨੂੰ, ਵੱਧ ਤੋਂ ਵੱਧ ਅਸੀਂ ਅੰਮ੍ਰਿਤਪਾਨ ਕਰਾਉਣ ਨੂੰ, ਇਸ ਗੱਲ ਲਈ ਖਿਆਲ ਰੱਖਾਂਗੇ। ਗੁਰਦੁਆਰੇ ਸਾਹਿਬ, ਗੁਰੂ ਸਾਹਿਬ ਦੀ ਗੁਰੂ ਘਰ ਦੀ ਦੇਖਭਾਲ ਕਰਾਂਗੇ ਵੱਧ ਤੋਂ ਵੱਧ, ਜਿੰਨਾ ਵੀ ਹੈਗਾ ਅਸੀਂ ਇਸ ਪਾਸੇ ਸਾਰਿਆਂ ਨੂੰ ਜੋੜਾਂਗੇ। ਐਸ ਜੀ ਪੀ ਸੀ ਵੱਲੋਂ ਕਈ ਵਿੱਦਿਅਕ ਸੰਸਥਾਵਾਂ ਚਲਾਈਆਂ? ਦੇਖੋ ਜੀ, ਐਸ ਜੀ ਪੀ ਸੀ ਵੱਲੋਂ ਜੋ ਵਿੱਦਿਅਕ ਸੰਸਥਾਵਾਂ ਚਲਾ ਰਹੀਆਂ, ਅਸੀਂ ਅੱਗੇ ਵੀ ਬੇਨਤੀ ਕਰਦੇ ਸੀਗੇ, ਹੁਣ ਵੀ ਬੇਨਤੀ ਕਰਾਂਗੇ ਵੀ ਸਾਡੇ ਹਲਕੇ ਨੂੰ ਜਿਹੜਾ ਹੈਗਾ, ਸਾਡਾ ਹਲਕਾ ਜਿਹੜਾ ਪਛੜਿਆ ਪਿਆ, ਇਹਦੇ 'ਚ ਵੀ ਵਿੱਦਿਅਕ ਸੰਸਥਾ ਜਿਹੜੇ ਸਾਨੂੰ ਸਕੂਲ, ਕੋਈ ਕਾਲਜ, ਕੋਈ ਲੜਕੀਆਂ ਵਾਸਤੇ ਦਿੱਤਾ ਜਾਵੇ। ਥੈਂਕ ਯੂ। ਹਲਕੇ 6 ਹੈਗੇ ਆਪਣੇ ਮੋਗਾ ਹਲਕੇ 'ਚ, ਮੋਗਾ ਜ਼ਿਲ੍ਹੇ 'ਚ, ਜਿਹਦੇ 'ਚੋਂ 9 ਉਮੀਦਵਾਰ ਇਲੈਕਟ ਹੋਏ ਆ, ਜਿਨ੍ਹਾਂ 'ਚੋਂ 8 ਉਮੀਦਵਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਲੈ ਗਏ, ਅਤੇ ਇੱਕ ਜਿਹੜਾ 22 ਧਰਮਕੋਟ 'ਚ ਉਹ ਆਜ਼ਾਦ ਉਮੀਦਵਾਰ ਜਿਹੜਾ 76 ਵੋਟਾਂ ਦੇ ਸ਼੍ਰੋਮਣੀ ਅਕਾਲੀ ਦਲ ਦੋ ਲੀਡਰ ਹੈ। ਕਿਹੜੀ ਪਾਰਟੀ ਨੂੰ ਹਰਾਇਆ? ਸ਼੍ਰੋਮਣੀ ਅਕਾਲੀ ਦਲ ਨੂੰ।